स्टूडेंट्स, दिस इज अजीत पाल सिंह फ्रॉम अपोलो अकेडमी संगरूर एंड यस्टरडे वी हैव स्टार्टेड द न्यू चैप्टर कॉल्ड द सोर्सेज ऑफ एनर्जी. सो टुडे स्टूडेंट्स वी विल डिस्कस द नेक्स्ट पार्ट ऑफ दिस चैप्टर नोन एज कन्वेंशनल सोर्सेज ऑफ एनर्जी. सो स्टूडेंट व्हेन वी आर डिस्कसिंग अबाउट कन्वेंशनल सोर्सेज इट मीन्स दैट द सोर्सेज ऑफ एनर्जी विच आर being harnessed by humans for lot of years, like 100 and 200 years from the time when the industrialization has been evolved. ਤਾਂ ਬੇਟਾ ਜੀ ਜਦੋਂ industrialization ਹਜੇ ਸ਼ੁਰੂ ਹੋਈ ਸੀ ਆਪਾਂ ਉਸ ਸਮੇਂ ਜਿਹੜੇ sources of energy use ਕੀਤੇ ਹੈ ਨਾ ਜਿਨ੍ਹਾਂ ਦੇ ਵਿੱਚ ਕੋਲ ਸੀਗਾ ਪੈਟਰੋਲੀਅਮ ਸੀ ਠੀਕ ਹੈ ਬੇਟਾ ਅਤੇ ਨਾਲ ਦੀ ਨਾਲ ਇੱਕ ਹਾਈਡਰਲ ਪਾਵਰ ਪਲਾਂਟ ਵੀ ਉਦੋਂ ਹੋਣ ਦੇ ਵਿੱਚ ਆ ਚੁੱਕੇ ਸੀਗੇ ਉਹ ਹੈਗੇ ਨੇ ਆਪਣੇ ਕਨਵੈਨਸ਼ਨਲ ਸੋਰਸਿਸ ਆਫ ਐਨਰਜੀ ਤਾਂ ਬੇਟਾ ਇਹਨਾਂ ਦੇ ਵਿੱਚ ਤਿੰਨ ਕਨਵੈਨਸ਼ਨਲ ਸੋਰਸਿਸ ਆਫ ਐਨਰਜੀ ਆਉਂਦੇ ਨੇ ਫੋਸਿਲ ਫਿਊਲਸ ਥਰਮਲ ਪਾਵਰ ਪਲਾਂਟ ਅਤੇ ਹਾਈਡਰਲ ਪਾਵਰ ਪਲਾਂਟ ਤਾਂ ਆਪਾਂ ਕਨਵੈਨਸ਼ਨਲ ਸੋਰਸ ਆਫ ਐਨਰਜੀ ਦੇ ਅੱਜ ਇਹ ਤਿੰਨ ਹੀ ਟੋਪਿਕ ਕਵਰ ਕਰਾਂਗੇ ਬੇਟਾ ਜੀ ਇਹਨਾਂ ਦੇ ਪਿੱਛੇ ਕੀ ਪ੍ਰੋਸੀਜਰ ਆ ਸਾਰਾ ਕੰਮ ਕੀ ਕਰਦਾ ਗਾ ਤਾਂ ਆਪਾਂ ਨੂੰ ਪਤਾ ਆਪਾਂ ਨੂੰ ਜੇ ਇੰਡਸਟਰੀਜ਼ ਚਲਾਉਣੀਆਂ ਨੇ ਤਾਂ ਆਪਾਂ ਨੂੰ ਬੇਸਿਕਲੀ ਇਲੈਕਟ੍ਰੀਸਿਟੀ ਦੀ ਜ਼ਰੂਰਤ ਹੁੰਦੀ ਆ ਠੀਕ ਹੈ ਤਾਂ ਇਲੈਕਟ੍ਰੀਸਿਟੀ ਕਿੱਥੋਂ ਪੈਦਾ ਕਰ ਸਕਦੇ ਹਾਂ ਆਪਾਂ ਇਲੈਕਟ੍ਰੀਸਿਟੀ ਲਈ ਆਪਣੇ ਕੋਲ ਇਲੈਕਟ੍ਰੀਸਿਟੀ ਪ੍ਰੋਡਿਊਸਿੰਗ ਪਲਾਂਟਸ ਲੱਗੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਸੁਣਿਆ ਹੋਊ ਥਰਮਲ ਪਾਵਰ ਪਲਾਂਟ ਹੁੰਦੇ ਨੇ ਜਿਵੇਂ ਆਪਣੇ ਬਠਿੰਡੇ ਲੱਗਿਆ ਹੋਇਆ ਗਾ ਠੀਕ ਹੈ ਅਤੇ ਹਾਈਡਰਲ ਪਾਵਰ ਪਲਾਂਟਸ ਹੁੰਦੇ ਨੇ ਜਿਹੜੇ ਕਿ ਪਾਣੀ ਦੀ ਹੈਲਪ ਨਾਲ ਚੱਲਦੇ ਨੇ ਤਾਂ ਸਭ ਤੋਂ ਪਹਿਲਾਂ ਤਾਂ ਪੁੱਤਰ ਆਪਾਂ ਇਹ ਚੀਜ਼ ਸਮਝਦੇ ਹਾਂ ਵੀ ਇਹਨਾਂ ਦੇ ਵਿੱਚ ਬਿਜਲੀ ਪੈਦਾ ਕਿਵੇਂ ਹੁੰਦੀ ਆ ਕਿਵੇਂ ਆਪਾਂ ਫੋਸਿਲ ਫਿਊਲ ਨੂੰ ਜਲਾ ਕੇ ਬਿਜਲੀ ਪੈਦਾ ਕਰ ਸਕਦੇ ਹਾਂ ਕਿਵੇਂ ਆਪਾਂ ਪਾਣੀ ਤੋਂ ਬਿਜਲੀ ਪੈਦਾ ਕਰ ਸਕਦੇ ਹਾਂ ਉਸ ਤੋਂ ਬਾਅਦ ਮੈਂ ਇਹ ਸਾਰੀ ਚੀਜ਼ ਰੀਡ ਕਰੂੰਗਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਣਾ ਮੇਨ ਤਰੀ ਚੀਜ਼ ਇਹ ਆ ਵੀ ਆਪਾਂ ਬਿਜਲੀ ਕਿਵੇਂ ਪੈਦਾ ਕਰ ਸਕਦੇ ਹਾਂ ਤਾਂ ਪੁੱਤਰ ਜੀ ਇਮੈਜਿਨ ਕਰੋ ਵੀ ਆਪਾਂ ਨੂੰ ਪਤਾ ਇੱਕ ਡਾਇਨਮੋ ਨਾਮ ਦੀ ਚੀਜ਼ ਹੁੰਦੀ ਹੈ ਜਿਹਨੂੰ ਤੁਸੀਂ ਨੋਰਮਲ ਜ਼ਿੰਦਗੀ ਦੇ ਵਿੱਚ ਜਨਰੇਟਰ ਕਹਿੰਦੇ ਹੋ ਜਨਰੇਟਰ ਕੀ ਹੁੰਦਾ ਜਨਰੇਟਰ ਕੀ ਹੈ ਜਨਰੇਟਰ ਕਿਵੇਂ ਕੰਮ ਕਰਦਾ ਤਾਂ ਬੇਟਾ ਤੁਸੀਂ ਛੋਟੇ ਹੁੰਦੇ ਕਾਰਾਂ ਚਲਾਈਆਂ ਹੋਣਗੀਆਂ ਸੈੱਲ ਵਾਲੀਆਂ ਕਾਰਾਂ ਕਹਿ ਦਿੰਦੇ ਹਾਂ ਜਿਨ੍ਹਾਂ ਨੂੰ ਆਪਾਂ ਰਿਮੋਟ ਵਾਲੀਆਂ ਕਾਰਾਂ ਕਹਿ ਦਿੰਦੇ ਹਾਂ ਉਹਨਾਂ ਨੂੰ ਤੁਸੀਂ ਤੋੜ ਕੇ ਵੀ ਜ਼ਰੂਰ ਦੇਖਿਆ ਹੋਊਗਾ ਉਹਨਾਂ ਨੂੰ ਤੋੜ ਕੇ ਉਹਦੇ ਵਿੱਚੋਂ ਨਾ ਇੱਕ ਮੋਟਰ ਨਿਕਲਦੀ ਆ ਮੋਟਰ ਆਪਾਂ ਨੂੰ ਨੋਰਮਲ ਤੌਰ 'ਤੇ ਛੋਟੀ ਜਿਹੀ ਮੋਟਰ ਕਹਿੰਦੇ ਹਾਂ ਆਪਾਂ ਵੀ ਉਹ ਮੋਟਰ ਹੈ ਉਹ ਮੋਟਰ ਨਾਲ ਜਦੋਂ ਆਪਾਂ ਸੈੱਲ ਲਾਉਂਦੇ ਹਾਂ ਤਾਂ ਉਹ ਘੁੰਮਣ ਲੱਗ ਜਾਂਦੀ ਆ ਹੈ ਨਾ ਤਾਂ ਬੇਟਾ ਉਹੀ ਮੋਟਰ ਜੇ ਆਪਾਂ ਆਪ ਘੁਮਾਈਏ ਅਤੇ ਉਹਦੇ ਪਿੱਛੇ ਬੱਲਬ ਲਗਾ ਦਈਏ ਤਾਂ ਬੱਲਬ ਜਗਣ ਲੱਗ ਜੂਗਾ ਇਸ ਦਾ ਮਤਲਬ ਕੀ ਹੋ ਗਿਆ ਜਦੋਂ ਆਪਾਂ ਉਸ ਮੋਟਰ ਨੂੰ ਆਪਣੇ ਹੱਥ ਨਾਲ ਘੁਮਾਉਂਦੇ ਹਾਂ ਤਾਂ ਬਿਜਲੀ ਪੈਦਾ ਹੁੰਦੀ ਆ ਉਹਨੂੰ ਆਪਾਂ ਡਾਇਨਮੋ ਕਹਿੰਦੇ ਹਾਂ ਠੀਕ ਹੈ ਹੁਣ ਬੇਸਿਕ ਚੀਜ਼ ਕੀ ਆ ਬਿਜਲੀ ਪੈਦਾ ਕਰਨ ਦੀ ਵੀ ਆਪਾਂ ਉਸ ਮੋਟਰ ਨੂੰ ਘੁਮਾਉਣਾ ਜੇ ਤਾਂ ਉਹ ਬਹੁਤ ਛੋਟੀ ਮੋਟਰ ਆ ਤਾਂ ਘੱਟ ਬਿਜਲੀ ਪੈਦਾ ਹੋਊ ਹੁਣ ਜੇ ਮੈਂ ਮੋਟਰ ਬਹੁਤ ਹੀ ਜ਼ਿਆਦਾ ਵੱਡੀ ਲੈ ਲਾਂ ਇੱਕ ਕਮਰੇ ਜਿੱਡੀ ਮੋਟਰ ਲੈ ਲਾਂ ਠੀਕ ਹੈ ਇੱਕ ਕਮਰੇ ਦੇ ਸਾਈਜ਼ ਦੀ ਮੋਟਰ ਲੈ ਲਾਂ ਤਾਂ ਜੇ ਮੈਂ ਉਹਨੂੰ ਘੁਮਾ ਦੂੰਗਾ ਤਾਂ ਮੇਰੇ ਕੋਲ ਬਹੁਤ ਜ਼ਿਆਦਾ ਬਿਜਲੀ ਪੈਦਾ ਹੋਊਗੀ ਤਾਂ ਇਸ ਤਰ੍ਹਾਂ ਨਾਲ ਬੇਟਾ ਬਿਜਲੀ ਪੈਦਾ ਹੁੰਦੀ ਆ ਠੀਕ ਹੈ ਹੁਣ ਥਰਮਲ ਪਾਵਰ ਪਲਾਂਟ ਕੀ ਕਰਦੇ ਨੇ ਹਾਈਡਰਲ ਪਾਵਰ ਪਲਾਂਟ ਕੀ ਕਰਦੇ ਨੇ ਇਹਨਾਂ ਬਾਰੇ ਦੇਖਦੇ ਹਾਂ ਆਪਾਂ ਥਰਮਲ ਪਾਵਰ ਪਲਾਂਟ ਕੀ ਕਰਦੇ ਨੇ ਪੁੱਤਰ ਜੀ ਥਰਮਲ ਪਾਵਰ ਪਲਾਂਟ ਪਹਿਲਾਂ ਕੋਲਾ ਜਲਾਇਆ ਜਾਂਦਾ ਠੀਕ ਹੈ ਕੋਲੇ ਨੂੰ ਜਲਾਇਆ ਜਾਂਦਾ ਕੋਲੇ ਦੇ ਉੱਪਰ ਕੀ ਹੁੰਦਾ ਗਾ ਪਾਣੀ ਕੋਲੇ ਦੇ ਉੱਪਰ ਇੱਕ ਕੰਟੇਨਰ ਹੁੰਦਾ ਬਹੁਤ ਵੱਡਾ ਜਿਹਦੇ ਵਿੱਚ ਪਾਣੀ ਭਰਿਆ ਗਿਆ ਹੁੰਦਾ ਠੀਕ ਹੈ ਉਹ ਪਾਣੀ ਗਰਮ ਹੋ ਜਾਂਦਾ ਉਹ ਪਾਣੀ ਦੀ ਭਾਫ਼ ਬਣ ਜਾਂਦੀ ਆ ਠੀਕ ਹੈ ਆਪਾਂ ਨੂੰ ਪਤਾ ਜਦੋਂ ਪਾਣੀ ਦੀ ਭਾਫ਼ ਬਣਦੀ ਆ ਤਾਂ ਪਾਣੀ ਬਹੁਤ ਹੀ ਪ੍ਰੈਸ਼ਰ ਨਾਲ ਬਾਹਰ ਨਿਕਲਦਾ ਹੈ ਨਾ ਭਾਫ਼ ਬਹੁਤ ਜ਼ਿਆਦਾ ਪ੍ਰੈਸ਼ਰ ਨਾਲ ਬਾਹਰ ਨਿਕਲਦੀ ਆ ਕਿਉਂਕਿ ਭਾਫ਼ ਦੇ ਜਿਹੜੇ ਪਾਰਟੀਕਲਸ ਹੁੰਦੇ ਨੇ ਉਹ ਬਹੁਤ ਜ਼ਿਆਦਾ ਮੋਸ਼ਨ ਦੇ ਵਿੱਚ ਹੁੰਦੇ ਨੇ ਜਿਵੇਂ ਤੁਸੀਂ ਦੇਖਿਆ ਹੋਊਗਾ ਘਰ ਜਦੋਂ ਕੁੱਕਰ ਦੀਆਂ ਸੀਟੀਆਂ ਵੱਜਦੀਆਂ ਨੇ ਤਾਂ ਐਕਚੁਅਲ ਦੇ ਵਿੱਚੋਂ ਸੀਟੀ ਕੀ ਹੁੰਦੀ ਆ ਉਹਦੇ ਵਿੱਚੋਂ ਭਾਫ਼ ਹੀ ਨਿਕਲ ਰਹੀ ਹੁੰਦੀ ਆ ਇਹਦਾ ਮਤਲਬ ਜੇ ਮੈਂ ਭਾਫ਼ ਨੂੰ ਕਿਤੋਂ ਇੱਕ ਬਹੁਤ ਛੋਟੀ ਜਗ੍ਹਾ ਤੋਂ ਬਾਹਰ ਕੱਢਾਂ ਅਤੇ ਉਹਦੇ ਪਿੱਛੇ ਬਹੁਤ ਜ਼ਿਆਦਾ ਭਾਫ਼ ਬਣੀ ਹੋਈ ਆ ਤਾਂ ਉਹ ਬਹੁਤ ਜਲਦੀ ਬਾਹਰ ਨੂੰ ਨਿਕਲੂਗੀ ਹੁਣ ਕੀ ਕੀਤਾ ਜਾਂਦਾ ਬੇਟਾ ਜਿਹੜੀ ਉਹ ਭਾਫ਼ ਹੁੰਦੀ ਆ ਉਹਨਾਂ ਨੂੰ ਉਸ ਭਾਫ਼ ਨੂੰ ਟਰਬਾਈਨ ਦੇ ਉੱਤੇ ਮਾਰਿਆ ਜਾਂਦਾ ਗਾ ਠੀਕ ਹੈ ਉਹ ਭਾਫ਼ ਉਹਦੇ ਟਰਬਾਈਨ 'ਤੇ ਫੋਰਸ ਲਗਾਉਂਦੀ ਆ ਟਰਬਾਈਨ ਕੀ ਆ ਟਰਬਾਈਨ ਬੇਟਾ ਕੁਛ ਵੀ ਨਹੀਂ ਹੈਗੀ ਜਿਹੜੀ ਆਪਣੀ ਮੋਟਰ ਆ ਨਾ ਮੋਟਰ ਦੇ ਅੱਗੇ ਇੱਕ ਪੱਖਾ ਲੱਗਿਆ ਹੁੰਦਾ ਉਹਨੂੰ ਟਰਬਾਈਨ ਕਹਿ ਦਿੰਦੇ ਨੇ
ठीक है, तो मोटर दे अगे एक पखा लगा दो, वो टरबाइन बन गया, जदों भाफ उहते प्रैशर नाल पऊ तां उसनूं घुमा दूगी, जदों उह भाफ नूं उसनूं घुमा दिता तां जिहड़ा अपना जनरेटर आ उहने की पैदा करनी शुरू कर देनी आ, इलैक्ट्रिसिटी पैदा करनी शुरू कर देनी आ। तां सारा प्रोसैस, चाहे तुसीं उस टरबाइन नूं किस नाल घुमा लो, चाहे तां उहनूं पाणी नाल घुमा लो, मतलब उपरों पाणी सिट्टो ते उहदे उपर तां उह घुम्मूगा, ठीक है, चाहे तुसीं उहनूं हीट नाल घुमा लो, मतलब भाफ नाल घुमा लो, चाहे तुसीं बेटा उस टरबाइन नूं विंड नाल घुमा लो, ठीक है, विंड नाल भी घूम सकदा, होर बहुत तरीके ने उसनूं घुमाउण दे, बस मेन चीज़ की करनी है, आपां टरबाइन घुमाउणी आ ते बिजली पैदा करनी है, बस ये चीज़ है जिहड़ी अपनी एनर्जियां दीआं लोड़ां पूरियां करदी आ। ते आपां कन्वेंशनली की कुछ यूज़ करदे रहे, पहलां फॉसिल फ्यूल यूज़ कीते थर्मल पावर प्लांट दे विच, फिर हाइड्रो पावर प्लांट शुरू किए, ठीक है, तो हुण आपां ये चीज़ नाल भली भांति जाणू हो चुके हैं बेटा जी, भी आपां इलैक्ट्रिसिटी ही पैदा करनी है ज़्यादा तो ज़्यादा, ठीक है, क्योंकि इंडस्ट्रीज़ दे विच जिहड़ा कुछ भी हो रहा वह सिर्फ तो सिर्फ इलैक्ट्रिसिटी करके हो रहा है, तो आपां सिर्फ इलैक्ट्रिसिटी ही ज़्यादा तो ज़्यादा पैदा करनी है। तो जी हुण आपां देखदे हां फॉसिल फ्यूल जिहड़ा इन्हां ने दिता होया, इहदे विच दो तीन क्वेश्चन कवर हो जाएंगे, जिहड़ा टॉपिक है कन्वेंशनल सोर्सेज ऑफ एनर्जी दैट इज़ फॉसिल फ्यूल, आपां रीड करदे हां, तुहानूं चैप्टर का क्रस्क समझ आ गया, तुहानूं चैप्टर का सेंट्रल आइडिया समझ आ गया भी आपां की करना गा। चलो रीड करिए, कन्वेंशनल सोर्सेज ऑफ एनर्जी फॉसिल फ्यूल्स, इन एंशियंट टाइम्स वुड वॉज द मोस्ट कॉमन सोर्स ऑफ हीट एनर्जी, the energy of flowing water and wind was also used for limited activities, kehnda heat energy layi zyada tar apan ki use karde sige ancient times to wood use karde si, ha kehnda flowing water te wind energy use kiti jandi si limited activities layi, beta kehdi activities layi use kiti jandi si, eh beta use kiti jandi si aata pihan waste, theek hai, karaat hunde si pehla, tusi dekho old windmill, ओल्ड विंड मिल की करते सी, हवा नाल की करता सी, उपर पखा घूमता सी, उहदे नाल बेटा जी थोड़ियां गरारियां लगियां हुंदियां सी, वह नीचे की करदियां सी चक्की नूं घुमाउंदियां सी, ठीक है, जदों जदों हवा चलती उदों उदों चक्की घूमती, जिवें जिवें चक्की घूमती उहदे विच आटा पीसिया जांदा सी, घराट कहिंदे सी उहनूं, तुसीं किस नाम इत्थे पिंड सुणिया हो सूलर घराट, उत्थे आटे बहुत पुराने समय तो सूलर घराट दे विच आटा चक्कियां हुंदियां सी जिहड़ियां हवा की एनर्जी नाल चक्की घूमती सी, ठीक है, कदे देखियो तुसीं चैक करके ऑनलाइन भी हाउ विंडमिल वर्क, ठीक है, हाउ विंडमिल वर्क, तुहानूं पता लगू उपर जिहड़ा पखा घूम रहा सी पखे दे नाल इक गरारी लाई हुंदी सी, ठीक है, वह गरारी नीचे की करती सी, नीचे उहनूं घुमा दिंदी सी चक्की नूं, चक्की तां पत्थर दी हुंदी सी, वह बहुत उहदे पुड़े हुंदे सी, उहनां नूं घुमा दिंदी सी ते उहदे नाल की हो जांदा सीगा आटा पिहिया जांदा सी, पुरानी चक्की जे तुहानूं कदे देखी होगी तां तुहानूं पता लगेगा भी चक्की की हुंदी सी, दो पत्थर एक दूजे दे उपर पए हुंदे सी बेटा, उहदे विचकार की हुंदा सी, एक होल हुंदा सीगा, होल दे विचों दाने पाए जांदे सी, उहनूं घुमाई जांदे सीगे, उह दाणियां तों चक्की तों की पिसी जांदा सीगा, दाणे पिसी जांदे सी, आटा बनी जांदा सीगा, ठीक है, तो इस तरह नाल उहनूं विंड की एनर्जी नाल की करदे सीगे, कई बार चलाउंदे सी, कमर्शियल लैवल बोलिया जांदा सी उदों इहनूं भी बहुत वड्डे पद्धर ते, वैसे घरे तां इक लेडी ही चक्की पीसदी सी ते उदों की हुंदा सी कमर्शियल लैवल ते फिर उह विंड एनर्जी यूज करदे सी, एवें ही उह फ्लोइंग वाटर यूज कर सकदे सीगे। नैक्सट आ जाओ, कैन यू थिंक ऑफ सम ऑफ दी यूजिस, द आपां देख ही लए वो यूजिस किहड़े किहड़े ने, द एक्सप्लोरेशन ऑफ कोल एज अ सोर्स ऑफ एनर्जी मेड द इंडस्ट्रियल रेवोल्यूशन पॉसीबल, हुण कहिंदा जदों कोल की खोज होई, एक्सप्लोर होया कोल, उदों ही इंडस्ट्रियल रेवोल्यूशन आई, इनक्रीजिंग इंडस्ट्रियलाइजेशन हैज़ लैड टू अ बैटर क्वालिटी ऑफ लाइफ ऑल ओवर द वर्ल्ड, जिमें जिमें की हुंदा गया इंडस्ट्रियलाइजेशन चंगी हुंदी गई, पूरी धरती उत्ते जिहड़ा लाइफ स्टाइल सीगा, जिहड़ी क्वालिटी ऑफ लाइफ सी, वो चंगी हुंदी गई, इट हैज़ आलसो कॉज्ड द ग्लोबल डिमांड फॉर एनर्जी टू ग्रो एट अ ट्रमेंडस रेट, तां करके कहिंदा की होया जे आपां इंडस्ट्रीज़ नूं अगे वधाउणा गा तां आपां नूं की करना पऊगा बेटा जी, ग्लोबल डिमांड एनर्जी दी भी की होजू इनक्रीज़ होजूगी, ठीक है,
द ग्रोइंग डिमांड ऑफ फॉर एनर्जी वॉज लार्जली मेट बाय फॉसिल फ्यूल्स दैट इज कोल एंड पेट्रोलियम। ज़्यादातर जी डिमांड सी कोल ते यूर लाइक डिमांड ऑफ एनर्जी सी वो कोल ते पेट्रोलियम द्वारा पूरी की जाती सी। आवर टेक्नोलॉजी वर आलसो डिवेलप्ड फॉर यूजिंग दीज एनर्जी सोर्सिज। अपन जी टेक्नोलॉजीज से भी इस तरह नाल डिवेलप हुई ताकि आप कोल ते पेट्रोल नू यूज़ कर सकी। जिमें कारा बेटा कारा दे इंजन किस तरह नाल डिवेलप हुए ने ता कि वह पेट्रोलीयम यूज़ कर सकन, डीजल यूज़ कर सकन, ठीक है। हाइड्रोजन गैस में आप यूज़ कर सकते हैं, जबकि हाइड्रोजन गैस सब तो ज़्यादा हीट एनर्जी प्रोवाइड करती है जो जलाइए नहीं कर सकते। क्यों नहीं कर सकते? क्योंकि जो आप हाइड्रोजन गैस यूज़ की नाल दी नाल इंजन का पटाका पैजूगा, क्योंकि अपने इंजन उस तरह नाल डिवेलप नहीं हो सके कि आप हाइड्रोजन गैस यूज़ करिए। हाँ, ये डिवेलप हो सकते हैं नीयर फ्यूचर दे विच, आपां इस तरह नाल चलावांगे गड्डियां जिहड़ियां शायद हाइड्रोजन फ्यूल दे उत्ते हों, ठीक है जी। बट दीज फ्यूल्स वर फॉर्मड ओवर मिलियनज ऑफ ईयर अगो एंड देयर आर ओनली लिमिटेड रिजर्व। कहिंदा पर की होया जिहड़े सोर्सिज ऑफ एनर्जी सी कन्वेंशनल फॉसिल फ्यूल सीगे वह मिलियनज ऑफ ईयर अगो फॉर्म होए सीगे। किवें फॉर्म होए सी? हाउ फॉसिल फ्यूल फॉर्म? ये तुसी बहुत टाइम तो पढ़ते आ रहे हो बेटा, छोटिया क्लासेस दे विच भी पढ़ते आ रहे हो। की होया सीगा? ये कहिंदे इस तरह होया होगा, जिहड़ा भी पुराने समय दे विच कोई जानवर होगा या फिर वह कोई भी होणगे जदों वह डैड हो गए तो वह धरती उत्ते डिग गए, ठीक है जी। फिर उन्हां उत्ते सॉयल दीआं लेयर्स चढ़न लग गईआं ते वह लेयर्स इन्नीआं ज़्यादा चढ़ गईआं कि वह किन्ना किलोमीटर तक लेयर चढ़ गई वह, ठीक है बेटा। तो वह बहुत नीचे दबे गए, ठीक है। वह बहुत ज़्यादा नीचे होण करके नीचों हीट, ठीक है जी, तो अपर प्रैशर नीचों हीट पै रही सी, क्यों गर्म गर्म हो गई नीचों पे पे वह उपरों प्रैशर सीगा। उहदे करके की होया पुत्तर? उहदे करके जिहड़ी चीज़ तां वोलाटाइल सी, मतलब आपां एग्जाम्पल लैने एक कोई जानवर आ, फॉर एग्जाम्पल डायनासोर। डायनासोर धरती नीचे दब गए, ठीक है। तो डायनासोर दा जिहड़ी बॉडी सी वो की मसल्स दी बनी हुई सी? वो बनी हुई सी अपने कोल हड्डियां दी बनी हुई सी, ठीक है। जे मैं उस नूं हीट करा तो उपरों प्रैशर पावा तो जिहड़ा तो वोलाटाइल सबसटांस उहदी बॉडी च वह उड़ जूगा, मतलब वो खत्म हो जू। वोलाटाइल मतलब वो उत्थे जमा हो जूगा इन द फॉर्म ऑफ नैचुरल गैस। तो जिहड़ा नॉन वोलाटाइल सबसटांस आ सॉलिड फेज आ वह किदे फॉर्म दे विच हो जूगा बेटा? वह हो जू कोल दी फॉर्म दे विच कन्वर्ट हो जूगा। तो जिहड़ा इंटरमीडिएट सीगा जिहड़ा वोलाटाइल नहीं सी ते ना ज़्यादा सख्त सीगा वह बन जूगा लिक्विड विच विल बिकम पेट्रोलीयम। इसका मतलब की हो गया? जदों आपां नूं पेट्रोलीयम दे रिसोर्सिज लभदे ने ना जां कोल दे तां नाल दी नाल आपां नूं उत्थे नैचुरल गैस भी मिलती है, ठीक है। नाल दी नाल आपां नूं उत्थे की मिलती है पुत? नैचुरल गैस। तां नैचुरल गैस, कोल एंड पेट्रोलीयम, इन्हां दे रिजर्व इकट्ठे ही हुंदे ने क्योंकि वह एक ही बॉडी तो बने होंगे ने, कुछ वोलाटाइल सबसटांसिज कुछ नॉन वोलाटाइल सबसटांसिज के बने होंगे ने। इहदे बारे क्वेश्चन भी आउंदा तां उहदा आंसर मैं तुहानूं नोट्स के प्रोवाइड करूँ भी हाउ फॉसिल फ्यूल्स फॉर्म। तो अगे चलते आपां, बट दीज फ्यूल्स वर फॉर्मड ओवर मिलियनज ऑफ ईयर अगो एंड देर आर ओनली लिमिटेड रिजर्वस। द फॉसिल फ्यूल्स आर नॉन रीन्यूएबल सोर्स ऑफ एनर्जी। नॉन रीन्यूएबल की होंगे ने? जिहड़े एक बार यूज़ किए जाते दोबारा आप उन्होंने पूर्ति ना कर सकी। रीन्यूएबल करना पूर्ति कर देनी, दोबारा तो पैदा कर देना, पर बहुत जल्दी नहीं आप उन्होंने पूर्ति उन्होंने कर सकते, बहुत जल्दी उन्होंने पूरा नहीं कर सकते, ठीक है। सो वी नीड टू कंजर्व दैम इफ वी वर टू कंटिन्यू कंज्यूमिंग दीज सोर्सेज एट सच अलार्मिंग रेट वी वुड सून रन आउट ऑफ द एनर्जी। कहना ता करके अपन उन्होंने बचाना चाहिए, तो जे आप उन्होंने इस तरह यूज़ करी गए तो एक दिन यह जाऊ कि आप बिल्कुल खत्म कर देंगे तो अपनी धरती से एनर्जी नहीं होगी। बस इस चीज़ को अवॉयड करने लिए आप अल्टरनेट सोर्स ऑफ एनर्जी लब्भे ने। इन ऑर्डर टू अवॉयड दिस अल्टरनेट सोर्स ऑफ एनर्जी वार एक्सप्लोर्ड बट वी कंटिन्यू टू बी लार्जली डिपेंडेंट ऑन फॉसिल फ्यूल्स फॉर मोस्ट अवर एनर्जी रिक्वायरमेंट। कहना चाहे आप लभ ले
अल्टरनेट सोर्सेज ऑफ एनर्जी, बट फिर भी आप करते हैं ज़्यादातर आप डिपेंड करते हैं फॉसिल फ्यूल्स के उत्ते ही अपनी एनर्जी सोर्सेज वास्ते। ठीक है, तो इन्हें दिता गा पाए चार्ट शोइंग द मेजर सोर्सेज ऑफ एनर्जी फॉर रिक्वायरमेंट्स इन इंडिया। इंडिया दे विच रैड कलर कोल, मतलब सोर्स जिहड़ी एनर्जी का सोर्स आ ज़्यादातर आप कोल यूज़ कर रहे हैं, पेट्रोलीयम ग्रीन, हाइड्रल पावर प्लांट काफ़ी यूज़ कर रहे हैं आप, न्यूक्लीयर पावर प्लांट, विंड एनर्जी बहुत घट हारनैस कर रहे हैं बेटा, आप विंड एनर्जी बहुत घट हारनैस की है आप। ठीक है, बर्निंग फॉसिल फ्यूल्स हैज़ अदर डिसएडवानटेज टू, कहना फॉसिल फ्यूल दे एक तो की हो गया है बहुत लिमिटेड अमाउंट च ने गए, इन्हों बन दे विच मिलियंस ऑफ ईयर लग जाते हैं, होर इन्हों के डिसएडवानटेज भी ने। की डिसएडवानटेज ने बेटा? पोल्यूशन। ठीक है, एज वी लर्नड इन क्लास 9 अबाउट द एयर पोल्यूशन कॉज्ड बाय बर्निंग ऑफ कोल और पेट्रोलियम प्रोडक्ट्स, द ऑक्साइड्स ऑफ कार्बन, कार्बन डाइऑक्साइड मतलब कार्बन डाइऑक्साइड एंड कार्बन मोनोऑक्साइड, नाइट्रोजन डाइऑक्साइड एंड सल्फर डाइऑक्साइड एंड सल्फर ट्राइऑक्साइड दैट आर रिलीज्ड ऑन बर्निंग फॉसिल फ्यूल आर एसिडिक ऑक्साइड। ठीक है बेटा, नॉन मेटैलिक ऑक्साइड ने, नॉन मेटैलिक ऑक्साइड एसिडिक होंगे ने। ठीक है, तो जो पानी रेन पैंदी है ना तो उन्होंने रेन के घुल के एसिड रेन कॉज करते हैं, दीज लीड टू एसिड रेन विच इफेक्ट्स अवर वाटर एंड सॉयल रिसोर्सिज। इन एडिशन टू द प्रॉब्लम ऑफ एयर पोल्यूशन रिकॉल द ग्रीन हाउस इफेक्ट ऑफ गैसिज लाइक कार्बन डाइऑक्साइड। ग्रीन हाउस इफेक्ट थोड़ा पता की होंगे गा, ग्रीन हाउस इफेक्ट इज़ द सडन चेंज इन द टेंपरेचर ऑफ अर्थ ड्यू टू ट्रैपिंग ऑफ अल्ट्रावायलेट, ड्यू टू ट्रैपिंग ऑफ इंफ्रारेड रेडिएशंस, ड्यू टू ट्रैपिंग ऑफ इंफ्रारेड रेडिएशंस इन द ग्रीन हाउस गैसेज इज कॉल्ड ग्रीन हाउस इफेक्ट, मतलब टेंपरेचर का अप हो जाना। ठीक है बेटा, एयर पोल्यूशन तो ग्रीन हाउस इफेक्ट ये दोनों अलग अलग ने। एयर पोल्यूशन का मतलब आ पोल्यूशन हो जाना एयर दे विच, मतलब एयर दी जिहड़ियां प्रॉपर्टीज़ ने वो चेंज हो जानियां। ठीक है, उदे विच किसे गैस दी मात्रा इनक्रीज़ कर जानी, एसिड रेन हो जानी उदे करके। ठीक है, पर जिहड़ा ग्रीन हाउस इफेक्ट आ इहदा मतलब की आ टेंपरेचर दा राइज हो जाना। तां पोल्यूशन, ग्रीन हाउस इफेक्ट एंड एसिड रेन ये तिन्ने कंसैप्ट बेटा जी अलग अलग ने, इन्हां नूं इक ना फील करियो। ठीक है, हाँ तिन्ना दा कॉज पोल्यूशन, तिन्ना दा कॉज की आ पोल्यूशन। हाँ जी, अगे की कह रहा हो, द पोल्यूशन कॉज्ड बाय बर्निंग फॉसिल फ्यूल्स कैन बी समवट रिड्यूस्ड बाय इनक्रीजिंग द एफिशिएंसी ऑफ कंबस्शन प्रोसेस एंड यूजिंग वेरियस टेक्निक टू रिड्यूस द एस्केप ऑफ हार्मफुल गैसेज एंड एशेज इन टू द सराउंडिंग। कहना आप कर सकते हैं पोल्यूशन घटा सकते हैं, किमें घटा सकते हैं? कहना आप इस तरह के रिसोर्स यूज़ करिए कि वह पूरी तरह नाल जल जाए। असल दे विच बेटा जी जिहड़ा पोल्यूशन हुंदा वो किवें हुंदा, वो बेटा उदों हुंदा गा जदों बर्निंग कंप्लीट बर्निंग ना होवे, जदों इनकंप्लीट बर्निंग होवे उदों पोल्यूशन होगा, उदों कार्बन डाइऑक्साइड नहीं कार्बन मोनोऑक्साइड गैस निकलू जिहड़ी कि जहरीली गैस आ। ठीक है, तो जदों कंप्लीट कंबशन होगी उदों सिर्फ कार्बन डाइऑक्साइड गैस निकलू जिहड़ी पोल्यूशन नहीं करती। हाँ, ग्रीन हाउस इफेक्ट जरूर दिंदी आ वो, ठीक है, बट वो पोल्यूशन घट करती आ। तो कहिंदे तां आपां की कर सकते हैं, जां फिर आपां जिहड़ियां हार्मफुल गैसेज बाहर निकल रही ने जिवें चिमनीज तो फैक्ट्रियाज दियां चिमनीज दे विचों हार्मफुल गैसेज बाहर निकल दियां ने, उन्हां नूं आपां प्यूरीफाई करके बाहर कढ सकते हैं, जाने कि एक यू कैन से उहदे विच इक लग जाती है बेटा जी जाली लग जाती है चिमनी दे विच। ठीक है, जालियां लग जांदियां ने, वो की हुंदे ने, वो कैटालिस्ट हुंदे ने, वो कैटालिस्ट की करदे ने हार्मफुल गैसेज नूं लैस हार्मफुल गैसेज दे विच कन्वर्ट करके बाहर छड्ड दिंदे ने। ते एशेज नूं आपां यूज़ कर सकते हैं, जिहड़ा राख आ उहनूं आपां इट्टां बनाउण लई यूज़ कर सकते हैं। ठीक है, मतलब एशेज भी ना आपां बाहर सिटीए जिहड़े पल्यूट करदे ने उहनां नूं आपां यूज़ कर सकते हैं। बाहरले देशां दे विच बेटा एब्रॉड दे विच एशेज यूज़ किए जाते हैं, सोआह नूं इट बनाउण लई यूज़ किया जाता है। ठीक है, बिसाइड being used directly for various purposes in gas stoves and vehicle, do you know fossil fuels are the major fuels for generating electricity? ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ, ਮੈਂ ਤੁਹਾਨੂੰ ਲੈਕਚਰ ਦੇ ਸ਼ੁਰੂ ਦੇ ਵਿੱਚ ਦੱਸਿਆ ਸੀਗਾ ਵੀ ਜਿਹੜੇ ਫੋਸਿਲ ਫਿਊਲ ਨੇ ਉਹ ਇਲੈਕਟ੍ਰੀਸਿਟੀ ਨੂੰ ਪੈਦਾ ਕਰਨ ਦੇ ਵਿੱਚ ਵੀ ਕਾਫੀ ਜ਼ਿਆਦਾ ਆਪਾਂ ਵੱਡੀ ਮਾਤਰਾ 'ਚ ਯੂਜ਼ ਕਰਦੇ ਹਾਂ ਥਰਮਲ ਪਾਵਰ ਪਲਾਂਟਸ ਦੇ ਵਿੱਚ, ਹੈ ਨਾ। ਲੈਟ ਅਸ ਸਪੋਜ਼ ਸਮ ਇਲੈਕਟ੍ਰੀਸਿਟੀ ਐਟ ਅਵਰ ਓਨ ਸਮਾਲ ਪਲਾਂਟ ਇਨ ਦਾ ਕਲਾਸ
एंड सी वट गोज इन टू प्रोड्यूसिंग अवर फेवरेट फॉर्म ऑफ एनर्जी, मतलब इलैक्ट्रिसिटी किमें बनती है। ये बेटा मैं थोड़ा दसता, ये आप पढ़ लियो, इन्होंने कुछ नहीं किया। उमी एक अपने को डायनामो लिया, मतलब छोटी मोटर लई, उत्ते पखा लगाया बेटा। फिर इन्होंने की किया, इतने एक वो लिया कुकर लिया बेटा, प्रैशर कुकर। प्रैशर कुकर के उपर जी सीटी होंगी उन्होंने बाहर कड़ता, वो स्टीम पाइप पाती, ठीक है। इनू ये पानी पा के गर्म करी गए करी गए, तो की होया ओबियसली अपने को बनूगा भाफ बनूगी बेटा, जी भाफ आ स्टीम आ वो इतों निकल के जरा ये उत्ते पूता इनू घुमा दूगी। जदों बेटा वो इनू घुमाऊ तो डायनामो दे विच जिहड़ी चीज़ आ वह घूमूगी। वो की हुंदी आ वह आपां देखांगे चैप्टर मैगनैटिक इफैक्ट ऑफ इलैक्ट्रिक करंट दे विच, ठीक है। ये चैप्टर आ इदू पिछले ही चैप्टर आगा, इलैक्ट्रिसिटी तो अगला चैप्टर आ मैगनेटिज़म। मैगनेटिज़म दे विच तुहानू डायनामो दा स्ट्रक्चर ते प्रिंसीपल ते वर्किंग पूरा आऊगा, ठीक है। हजे तुसीं इह याद रखो भी डायनामो दे विच कोई चीज़ हुंदी आ जिहड़ी घूमदी आ जिहदे नाल इलैक्ट्रिसिटी प्रोड्यूस हुंदी आ। तां जदों इह घूम रही आ तां इलैक्ट्रिसिटी प्रोड्यूस हो ते बल्ब जगूगा। ये तुसीं आप पढ़ लिओ बेटा, कोई चक्कर नहीं। इहदा की आ क्वेश्चन आ सकदा भी डिस्क्राइब एन एक्टिविटी टू डेमोन्स्ट्रेट द कन्वर्जन ऑफ वन फॉर्म ऑफ एनर्जी टू अनदर फॉर्म, मतलब हीट एनर्जी नूं आपां इलैक्ट्रिक एनर्जी चेंज करता। बेटा फॉसिल फ्यूल्स वाले चो किहड़े क्वेश्चन आ सकते हैं, उही पुराने घसे पिटे क्वेश्चन, फॉसिल फ्यूल की होंगे ने, इन्हें डिसएडवांटेज की ने, ठीक है, ये किमें बने, ठीक है, हाउ दे फॉर्म, वट आर द डिसएडवांटेजेज, वट इज़ ग्रीन हाउस इफैक्ट, ठीक है। ये बिटवीन द लाइनज आ गया ग्रीन हाउस इफैक्ट, यदा भी मैं थोड़ा आंसर भेज दूंगा, ठीक है बेटा। वो प्रॉपर याद रखियो, वट इज़ एसिड रेन, विच गैसिज कॉजेज एसिड रेन, एंड होर आ सकता अपन यू नो कि वट इज़ एयर पोल्यूशन, ठीक है, क्योंकि ये उन्होंने हल्का फुल्का अपन देता, तो देन करके अपन ये क्वेश्चन भी ध्यान च रखने पैणगे बेटा। बिटवीन द लाइनज ऑफ एन सी आर टी ये क्वेश्चन आ जाते हैं गे। नाओ थर्मल पावर प्लांट बेटा, ये बारे डिस्कस करते हैं आप। लार्ज अमाउंट ऑफ फॉसिल फ्यूल्स आर बर्नड एवरी डे इन पावर स्टेशन टू हीट अप द वॉटर टू प्रोड्यूस स्टीम विच फरदर रनज द टर्बाइन टू जनरेट इलैक्ट्रिसिटी। तो थर्मल पावर प्लांट के होंदा ये चीज़ होंगी, कोला आप जलाने आप पानी की भाफ बनाने, भाफ में आप कि मारते हैं बेटा टर्बाइन पर मारते हैं, तो टर्बाइन घूमती है तो डायनामो दे विच एक चीज़ घूमती है, या फिर यू कैन से डायनामो नाल जुड़ी होंगी, टर्बाइन के घूमन नाल डायनामो इलैक्ट्रिसिटी पैदा कर देता। द ट्रांसमिशन ऑफ इलैक्ट्रिसिटी इज़ मोर एफिशिएंट दैन ट्रांसपोर्टिंग कोल और पेट्रोलियम ओवर द सेम डिस्टेंस, ठीक है। इलैक्ट्रिसिटी की ट्रांसपोर्टेशन करनी ज़्यादा सौखी है, देयरफॉर मैनी थर्मल पावर प्लांट्स आर सैट अप नीयर कोल और ऑयल फील्ड। ता करके कहना जिहड़े ज़्यादातर कोल ते ज़्यादातर थर्मल पावर प्लांट ने वो कित्थे बनाए जाते हैं, जिथे कोल ते ऑयल फील्ड ज़्यादा मात्रा दे विच होवे, ठीक है, जिथे वो रिजर्व सोर्सिज पे होन। द टर्म थर्मल पावर प्लांट इज यूज सिंस फ्यूल इज बर्नड टू प्रोड्यूस हीट एनर्जी विच इज कन्वर्टड इन टू इलैक्ट्रीकल एनर्जी। कहना थर्मल पावर प्लांट क्यों बोलया जाता, क्योंकि ये हीट एनर्जी आप इलैक्ट्रीकल एनर्जी के करते हैं बेटा चेंज कर देंगे। तो थर्मल पावर प्लांट के ड्रॉबैक्स की ने, सेम ड्रॉबैक्स ने बेटा, क्योंकि वो कोला जलता, तो फॉसिल फ्यूल के जिन्हें भी ड्रॉबैक ने है ना, कंज्यूमिंग फॉसिल फ्यूल, वो सेम ड्रॉबैक ये ने अपने को, यू कैन से थर्मल पावर प्लांट के ने, एयर पोल्यूशन, ग्रीन हाउस इफैक्ट, कैंसरस, ठीक है। तो जिहड़ा पानी निकलता ना उहदे विच्चों भाफ तो बाद पानी बनता, वह अपने वाटर रिजर्वस नूं भी की कर दिंदा बेटा, गंदला कर दिंदा। पंजाब दे विच जिन्ना कैंसर हो रहा, ज़्यादा ज़्यादा कैंसर हो रहा पंजाब दे विच बठिंडा कोल, ठीक है, बठिंडा इज़ कॉल्ड कैंसर पट्टी ऑफ पंजाब, वो ताई हो रहा क्योंकि उत्थे थर्मल पावर प्लांट आ बेटा। थर्मल पावर प्लांट दे विच जिहड़ा गैसिज निकलदियां ने, जां फिर आपां कहीए जिहड़े रेजिड्यू जिहड़ा अपना गैसिज थर्मल पावर प्लांट दियां चिमनीज़ तों निकलदा गा, वो कैंसर कॉजिंग है, ठीक है जी। नैक्सट आ जाओ हाइड्रल पावर प्लांट ते। हाइड्रल पावर प्लांट की आ, ये बड़ा सिंपल आ, तो ये बहुत एफिशेंट आ, एक रीन्यूएबल आ, एक कन्वेंशनल सोर्स आ बट इट इज़ रीन्यूएबल, ठीक है, क्योंकि पानी हमेशा चलता रहिंदा, इन्हें चलता पानी यूज़ करना बस, ये कोई स्टीम नहीं बनती, कुछ नहीं बनता। ये आप करते हैं जिहड़ा पानी हुंदा बेटा उन्हूं एक बहुत हाई एल्टीट्यूड ते स्टोर कर लैंदे आ, फिर आपां उत्थों नीचे नूं सिटदे आ, ठीक है, पहला हाइट ते उन्हूं स्टोर कर लिया, फिर उन्हूं खोल दिता गया। वो खोलिया गया तो नीचे की सी टर्बाइन सी, जदों टर्बाइन दे उपर आके पिया
ਤਾਂ ਜਿਹੜਾ ਆਪਣੀ ਵਾਟਰ ਦੀ ਕਨੈਟਿਕ ਐਨਰਜੀ ਸੀ ਉਹਨੇ ਟਰਬਾਈਨ ਘੁਮਾਤੀ, ਜਦੋਂ ਟਰਬਾਈਨ ਘੁੰਮੀ ਤਾਂ ਇਲੈਕਟ੍ਰੀਸਿਟੀ ਪ੍ਰੋਡਿਊਸ ਹੋ ਗਈ। ਇਸ ਦਾ ਮਤਲਬ ਜਿਹੜਾ ਥਰਮਲ ਹਾਈਡਰਲ ਪਾਵਰ ਪਲਾਂਟ ਆ ਉਹ ਵਾਟਰ ਦੀ ਕਨੈਟਿਕ ਐਨਰਜੀ ਨੂੰ ਕਿਹਦੇ ਵਿੱਚ ਚੇਂਜ ਕਰਦਾ ਗਾ, ਆਪਣੇ ਕੋਲ ਬੇਟਾ ਇਲੈਕਟ੍ਰੀਕਲ ਐਨਰਜੀ ਦੇ ਵਿੱਚ ਚੇਂਜ ਕਰਦਾ। ਬਟ ਇਹਦੇ ਡਰਾਬੈਕਸ ਨੇ, ਇਹਦੇ ਡਰਾਬੈਕਸ ਕੀ ਨੇ, ਜਿੱਥੇ ਆਪਾਂ ਹਾਈਡਰਲ ਪਾਵਰ ਪਲਾਂਟ ਲਾਉਣਾ ਹੁੰਦਾ ਪੁੱਤਰ ਜੀ, ਪਹਿਲਾਂ ਉੱਥੇ ਕੀ ਕਰਨਾ ਪੈਂਦਾ ਆਪਾਂ ਨੂੰ, ਲੋਕ ਜਿਹੜੇ ਉੱਥੇ ਰਹਿੰਦੇ ਹੁੰਦੇ ਨੇ, ਠੀਕ ਹੈ, ਕਿਉਂਕਿ ਨਦੀਆਂ ਦੇ ਆਲੇ ਦੁਆਲੇ ਲੋਕ ਜ਼ਿਆਦਾ ਰਹਿੰਦੇ ਨੇ, ਉੱਥੇ ਆਪਾਂ ਨੂੰ ਉਹਨਾਂ ਨੂੰ ਡਿਸਪਲੇਸ ਕਰਨਾ ਪੈਂਦਾ, ਫਿਰ ਉਹਨਾਂ ਦੀ ਰੀਹੈਬਿਲੀਟੇਸ਼ਨ ਕਰਨ 'ਚ ਪ੍ਰੋਬਲਮ ਆਉਂਦੀ ਆ, ਠੀਕ ਹੈ ਬੇਟਾ, ਅਤੇ ਹੋਰ ਆਪਾਂ ਨੂੰ ਜੰਗਲ ਕੱਟਣੇ ਪੈਂਦੇ ਨੇ, ਠੀਕ ਹੈ, ਅਤੇ ਆਪਾਂ ਨੂੰ ਜ਼ਿਆਦਾ ਇਕਨੋਮਿਕ ਬਰਡਨ ਆ ਕਾਫੀ, ਜਦੋਂ ਆਪਾਂ ਡੈਮਸ ਬਣਾਉਂਦੇ ਹਾਂ, ਜਿਵੇਂ ਭਾਖੜਾ ਡੈਮ ਬਣਿਆ, ਤੀਹਰੀ ਡੈਮ ਬਣਿਆ, ਅਤੇ ਸਰਦਾਰ ਸਰੋਵਰ ਡੈਮ ਬਣਿਆ। ਤੀਹਰੀ ਡੈਮ ਬੇਟਾ ਗੰਗਾ ਦੇ ਉੱਤੇ ਆ, ਸਰਦਾਰ ਸਰੋਵਰ ਡੈਮ ਨਰਮਦਾ ਨਦੀ ਦੇ ਉੱਪਰ ਆ, ਤਾਂ ਆਪਣੇ ਉੱਪਰ ਪ੍ਰੈਸ਼ਰ ਵੀ ਪੈਂਦਾ, ਇਕਨੋਮਿਕ ਪ੍ਰੈਸ਼ਰ ਪੈਂਦਾ, ਠੀਕ ਹੈ। ਤੀਹਰੀ ਡੈਮ ਅਤੇ ਸਰਦਾਰ ਸਰੋਵਰ ਡੈਮ ਲਈ ਤਾਂ ਓਪੋਜੀਸ਼ਨ ਵੀ ਹੋਈ ਸੀ, ਲੋਕਾਂ ਨੇ ਬਹੁਤ ਰਿਟੈਲੀਏਟ ਕੀਤਾ ਸੀ ਵੀ ਇਹ ਡੈਮ ਇੱਥੇ ਨਾ ਬਣਾਓ, ਕਿਉਂਕਿ ਜਿਹੜੇ ਉੱਥੇ ਬੰਦੇ ਰਹਿੰਦੇ ਸੀ ਜਿੱਥੇ ਤੀਹਰੀ ਡੈਮ ਅਤੇ ਸਰਦਾਰ ਸਰੋਵਰ ਡੈਮ ਬਣਿਆ, ਤੀਹਰੀ ਡੈਮ ਬਣਿਆ ਬੇਟਾ ਗੰਗਾ ਦੇ ਉੱਤੇ, ਸਰਦਾਰ ਸਰੋਵਰ ਡੈਮ ਬਣਿਆ ਨਰਮਦਾ ਦੇ ਉੱਤੇ, ਇਹ ਕੁਸ਼ਚਨ ਆਉਂਦਾ ਹੁੰਦਾ ਗਾ, ਠੀਕ ਹੈ। ਤਾਂ ਉਹਨਾਂ ਨੇ ਰਿਟੈਲੀਏਟ ਕੀਤਾ ਵੀ ਸਾਨੂੰ ਕਿੱਥੇ ਵਸਾਓਗੇ ਤੁਸੀਂ, ਸਾਡਾ ਮੁੜ ਵਸੇਬਾ ਕਿੱਥੇ ਹੋਊ, ਸਾਡੀ ਰੀਹੈਬਿਲੀਟੇਸ਼ਨ ਕਿੱਥੇ ਹੋਊਗੀ। ਤਾਂ ਹਾਈਡਰਲ ਪਾਵਰ ਪਲਾਂਟ ਦੇ ਵਿੱਚ ਇਹ ਦਿੱਕਤ ਵੀ ਆਉਂਦੀ ਆ ਪੁੱਤਰ ਜੀ। ਅਤੇ ਹੋਰ ਕੀ ਹੁੰਦਾ, ਐਕੁਆਟਿਕ ਐਨੀਮਲਸ ਹੁੰਦੇ ਨੇ ਜਿਹੜੇ, ਐਕੁਆਟਿਕ ਜਿਹੜਾ ਲਾਈਫ ਆ ਉਹ ਵੀ ਇੱਥੇ ਕੀ ਹੋ ਜਾਂਦੀ ਆ, ਕਾਫੀ ਇੱਥੇ ਮਤਲਬ ਡੈਮੇਜ ਹੁੰਦੀ ਆ, ਉਹਨਾਂ ਨੂੰ ਵੀ ਨੁਕਸਾਨ ਹੁੰਦਾ ਹਾਈਡਰਲ ਪਾਵਰ ਪਲਾਂਟ ਦਾ, ਠੀਕ ਹੈ। ਬਟ ਐਜ਼ ਫਾਰ ਐਜ਼ ਇਟ ਇਜ਼ ਨੋਨ ਪੋਲਿਊਟਿੰਗ, ਪੋਲਿਊਸ਼ਨ ਏਅਰ ਪੋਲਿਊਸ਼ਨ ਨਹੀਂ ਕਰਦੀ, ਮੇ ਬੀ ਵਾਟਰ ਪੋਲਿਊਸ਼ਨ ਅਤੇ ਐਕੁਆਟਿਕ ਪਲਾਂਟਸ ਨੂੰ ਤਾਂ ਐਕੁਆਟਿਕ ਐਨੀਮਲਸ ਨੂੰ ਤਾਂ ਫਿਰ ਵੀ ਡੈਮੇਜ ਕਰਦੀ ਹੈ ਨਾ, ਪਰ ਫਿਰ ਵੀ ਆਪਾਂ ਕਾਫੀ ਜ਼ਿਆਦਾ ਹਾਰਨੈਸ ਕੀਤੀ ਹੋਈ ਆ ਹਾਈਡਰਲ ਪਾਵਰ ਪਲਾਂਟ। ਤਾਂ ਆਪਾਂ ਹਾਈਡਰਲ ਪਾਵਰ ਪਲਾਂਟ ਦੇ ਉੱਤੇ ਪੜ੍ਹਦੇ ਹਾਂ, ਅਨਦਰ ਟ੍ਰਡੀਸ਼ਨਲ ਸੋਰਸ ਆਫ ਐਨਰਜੀ ਵਾਜ ਦਾ ਕਨੈਟਿਕ ਐਨਰਜੀ ਆਫ ਫਲੋਇੰਗ ਵਾਟਰ ਟੂ ਦਾ ਪੋਟੈਂਸ਼ੀਅਲ ਐਨਰਜੀ ਆਫ ਵਾਟਰ ਐਟ ਅ ਹਾਈਟ। ਹਾਈਡਰਲ ਪਾਵਰ ਪਲਾਂਟ ਕਨਵਰਟ ਪੋਟੈਂਸ਼ੀਅਲ ਐਨਰਜੀ ਔਨ ਫਾਲਿੰਗ ਵਾਟਰ ਇੰਟੂ ਇਲੈਕਟ੍ਰੀਸਿਟੀ। ਹਾਈਡਰਲ ਪਾਵਰ ਪਲਾਂਟ ਕਨਵਰਟ ਪੋਟੈਂਸ਼ੀਅਲ ਐਨਰਜੀ ਆਫ ਫਾਲਿੰਗ ਵਾਟਰ, ਇੱਥੇ ਬੇਟਾ ਪੋਟੈਂਸ਼ੀਅਲ ਐਨਰਜੀ ਨਹੀਂ ਹੁੰਦੀ, ਫਾਲਿੰਗ ਵਾਟਰ ਦੀ ਕਨੈਟਿਕ ਐਨਰਜੀ ਹੁੰਦੀ ਹੈ, ਠੀਕ ਹੈ। ਪੋਟੈਂਸ਼ੀਅਲ ਐਨਰਜੀ ਤਾਂ ਹਾਈਟ ਦੇ ਉੱਤੇ ਜਿਹੜਾ ਵਾਟਰ ਹੁੰਦਾ ਉਹਦੀ ਹੁੰਦੀ ਆ, ਠੀਕ ਹੈ ਜੀ। Since there are very few waterfalls which could be used as a source of potential energy, hydro power plant are associated with dams. ਕਹਿੰਦਾ ਬਹੁਤ ਘੱਟ ਵਾਟਰਫਾਲਸ ਨੇ, ਵਾਟਰਫਾਲਸ ਦੇ ਉੱਤੇ ਹੁੰਦਾ ਕੀ ਹੁੰਦਾ, ਵਾਟਰਫਾਲ ਦੇ ਵਿੱਚ ਉੱਪਰੋਂ ਪਾਣੀ ਨੀਚੇ ਡਿੱਗਦਾ ਇੱਕ ਹਾਈਟ ਤੋਂ, ਪੋਟੈਂਸ਼ੀਅਲ ਐਨਰਜੀ ਕੈਰੀ ਕੀਤੀ ਹੁੰਦੀ ਆ ਫਿਰ ਉਹ ਕਨੈਟਿਕ ਐਨਰਜੀ ਦੇ ਵਿੱਚ, ਦੈਨ ਉਹਨੂੰ ਆਪਾਂ ਟਰਬਾਈਨ ਦੇ ਉੱਤੇ ਪਾਉਂਦੇ ਹਾਂ ਅਤੇ ਉਹਨੂੰ ਆਪਾਂ ਇਲੈਕਟ੍ਰਿਕ ਐਨਰਜੀ 'ਚ ਕਨਵਰਟ ਕਰਦੇ ਹਾਂ। ਪਰ ਕਹਿੰਦਾ ਫਿਰ ਆਪਾਂ ਨੂੰ ਕੀ, ਕਹਿੰਦਾ ਇਹ ਬਹੁਤ ਘੱਟ ਨੇ ਵਾਟਰਫਾਲਸ, ਨੈਚੁਰਲੀ ਬਹੁਤ ਘੱਟ ਨੇ, ਫਿਰ ਆਪਾਂ ਨੂੰ ਕੀ ਕਰਨਾ ਪੈਂਦਾ, ਫਿਰ ਆਪਾਂ ਨੂੰ ਹਾਈਡਰਲ ਪਾਵਰ ਪਲਾਂਟ ਬਣਾਉਣੇ ਪੈਂਦੇ ਨੇ ਜਿਨ੍ਹਾਂ ਦੇ ਵਿੱਚ ਡੈਮ ਬਣਾਉਣੇ ਪੈਂਦੇ ਨੇ ਆਪਾਂ ਨੂੰ ਬੇਟਾ, ਠੀਕ ਹੈ। ਇਨ ਦਾ ਲਾਸਟ ਸੈਂਚੁਰੀ ਅ ਲਾਰਜ ਨੰਬਰ ਆਫ ਡੈਮਸ ਵਰ ਬਿਲਟ ਆਲ ਓਵਰ ਦਾ ਵਰਲਡ, ਪਿਛਲੀ ਸੈਂਚੁਰੀ ਦੇ ਵਿੱਚ ਕਾਫੀ ਜ਼ਿਆਦਾ ਡੈਮ ਬਣਾਏ ਗਏ। ਐਜ਼ ਵੀ ਕੈਨ ਸੀ ਫਰੋਮ ਦਾ ਫਿਗਰ 14.1 ਅ ਕੁਆਟਰ ਆਫ ਅਵਰ ਐਨਰਜੀ ਰਿਕੁਆਇਰਮੈਂਟ ਇਨ ਇੰਡੀਆ ਇਜ਼ ਮੈਟ ਬਾਏ ਹਾਈਡਰ ਪਾਵਰ ਪਲਾਂਟ। ਕਹਿੰਦਾ 25% ਐਨਰਜੀ ਮੈਟ ਬਾਏ ਹਾਈਡਰ ਪਾਵਰ ਪਲਾਂਟ ਆ, ਆਪਾਂ ਦੇਖ ਲਿਆ ਇਹ ਡਾਇਗਰਾਮ ਦੇ ਵਿੱਚ, ਠੀਕ ਹੈ ਜੀ। ਨੈਕਸਟ ਆ ਗਿਆ ਹੁਣ ਇਹ ਕੀ ਹੁੰਦਾ, ਕੀ ਇਹਦੀ ਕੰਸਟਰਕਸ਼ਨ ਆ, ਕਿਵੇਂ ਹੁੰਦਾ, ਦੇਖੋ ਬੇਟਾ ਰੈਜ਼ਰਵਾਇਰ ਆਫ ਵਾਟਰ ਆ, ਠੀਕ ਹੈ, ਇਹਨੂੰ ਆਪਾਂ ਇੱਕ ਜਗ੍ਹਾ 'ਤੇ ਕੀ ਕੀਤਾ ਹੋਇਆ, ਇਕੱਠਾ ਕੀਤਾ ਹੋਇਆ ਪਾਣੀ, ਉਦੋਂ ਬਾਅਦ ਆਪਾਂ ਇੱਥੇ ਉਹਨੂੰ ਖੋਲ੍ਹਣਾ ਅਤੇ ਬੰਦ ਕਰਨਾ ਗਾ। ਇਹ ਕਾਫੀ ਨੀਚੇ ਹੁੰਦਾ, ਇਹਨਾਂ ਨੇ ਬਹੁਤ ਮਤਲਬ ਇਹਦਾ ਨਜ਼ਦੀਕ ਦਿਖਾਤਾ, ਇਹ ਇੱਥੇ ਹੁੰਦਾ ਅਸਲ 'ਚ, ਇੱਥੋਂ ਖੋਲ੍ਹਣਾ ਚਾਹੀਦਾ ਸੀ, ਇੱਥੋਂ ਖੋਲ੍ਹਦਾ ਹੋਇਆ ਫਿਰ ਪਾਣੀ ਜਦੋਂ ਇੱਥੋਂ ਆਉਂਦਾ ਨਾ ਬਹੁਤ ਜ਼ਿਆਦਾ ਕਨੈਟਿਕ ਐਨਰਜੀ ਨਾਲ ਆਉਂਦਾ ਅਤੇ ਨੀਚੇ ਟਰਬਾਈਨ ਨੂੰ ਕੀ ਕਰ ਦਿੰਦਾ, ਘੁਮਾ ਦਿੰਦਾ ਬੇਟਾ, ਜਿਹੜਾ ਅੱਗੇ ਡਾਇਨਮੋ ਦੇ ਵਿੱਚ ਇਲੈਕਟ੍ਰੀਸਿਟੀ ਪੈਦਾ ਕਰ ਦਿੰਦਾ। ਇਨ ਆਰਡਰ ਟੂ ਪ੍ਰੋਡਿਊਸ ਹਾਈਡਰਲ ਇਲੈਕਟ੍ਰੀਸਿਟੀ ਹਾਈ ਰਾਈਜ਼ ਡੈਮਸ ਆਰ ਕੰਸਟਰਕਟਡ ਔਨ ਦਾ ਰਿਵਰ ਟੂ ਓਬਸਟਰਕਟ ਦਾ ਫਲੋ ਆਫ ਵਾਟਰ ਐਂਡ ਦੇਅਰ ਬਾਏ ਕਲੈਕਟ ਵਾਟਰ ਇਨ ਲਾਰਜ ਰੈਜ਼ਰਵਾਇਰ, ਠੀਕ ਆ, ਪਾਣੀ ਰੋਕ ਲਿਆ ਜਾਂਦਾ ਅਤੇ ਉਹਨੂੰ ਲਾਰਜ ਰੈਜ਼ਰਵਾਇਰ ਦੇ ਉੱਤੇ ਰੱਖ ਲਿਆ ਜਾਂਦਾ ਬੇਟਾ। ਦਾ ਵਾਟਰ ਲੈਵਲ ਰਾਈਜ਼ਿਜ਼ ਐਂਡ ਇਨ ਦਿਸ ਪ੍ਰੋਸੈਸ ਦਾ ਕਨੈਟਿਕ ਐਨਰਜੀ ਆਫ ਫਲੋਇੰਗ ਵਾਟਰ ਗੈਟਸ ਟ੍ਰਾਂਸਫਰਡ ਇਨ ਟੂ ਪੋਟੈਂਸ਼ੀਅਲ ਐਨਰਜੀ, ਠੀਕ ਹੈ। ਵਾਟਰ ਲੈਵਲ ਰਾਈਜ਼ ਹੋ ਗਿਆ ਤਾਂ ਇੱਥੇ ਜਿੱਥੇ ਉਹ ਰਾਈਜ਼ ਹੋਇਆ, ਜਿੰਨੀ ਹਾਈਟ 'ਤੇ ਜਾਈ ਜਾਊਗਾ ਉਨਾ ਹੀ ਉਹ 'ਚ ਪੋਟੈਂਸ਼ੀਅਲ ਐਨਰਜੀ ਵਧੀ ਜਾਊਗੀ, ਠੀਕ ਹੈ। ਦਾ ਵਾਟਰ ਫਰੋਮ ਦਾ ਹਾਈਟ ਹਾਈ ਲੈਵਲ ਇਨ ਦਾ ਡੈਮ ਇਜ਼ ਕੈਰੀਡ ਥਰੂ ਪਾਈਪ ਟੂ ਦਾ ਟਰਬਾਈਨ ਐਟ ਦਾ ਬੋਟਮ ਆਫ ਦਾ ਡੈਮ। ਡੈਮ ਦੇ ਬੋਟਮ 'ਤੇ ਆਪਾਂ ਉਹਨੂੰ ਕੀ ਕਰ ਲਾਂਗੇ, ਇਕੱਠਾ ਕਰ ਲਾਂਗੇ, ਮਤਲਬ ਲੈ ਕੇ ਆਵਾਂਗੇ ਜਿੱਥੇ ਟਰਬਾਈਨ ਲੱਗੀ ਹੋਊ, ਅਤੇ ਉਹ ਟਰਬਾਈਨ ਦੇ ਨਾਲ ਟਕਰਾ ਕੇ ਟਰਬਾਈਨ ਨੂੰ ਘੁਮਾ ਦੂਗਾ। ਸਿੰਸ ਦਾ ਵਾਟਰ ਇਨ ਦਾ ਰੈਜ਼ਰਵਾਇਰ ਵੁੱਡ ਬੀ ਰੀਫਿਲਡ ਈਚ ਟਾਈਮ ਇਟ ਰੇਨਸ, ਹਾਈਡਰਲ ਪਾਵਰ ਇਜ਼ ਅ ਰੀਨੂਏਬਲ ਸੋਰਸ ਆਫ ਐਨਰਜੀ। ਹਾਂਜੀ, ਤਾਂ ਕਹਿੰਦਾ ਜਿਹੜਾ ਹਾਈਡਰਲ ਪਾਵਰ ਪਲਾਂਟ ਆ ਉਹ ਰੀਨੂਏਬਲ ਸੋਰਸ ਆਫ ਐਨਰਜੀ ਆ, ਕਿਉਂਕਿ ਪਾਣੀ ਜਦੋਂ ਵੀ ਮੀਂਹ ਪਊਗਾ
ਤਾਂ ਜਿਹੜਾ ਜੇ ਮੰਨ ਲਓ ਇੱਕ ਵਾਰ ਇਹ ਖਤਮ ਹੋਣ ਦੇ ਕੰਢੇ ਆ ਗਿਆ ਇੱਥੇ ਆ ਗਿਆ ਫਿਰ ਦੁਬਾਰਾ ਇੱਕ ਸਾਲ ਦੇ ਵਿੱਚ ਮੀਂਹ ਪੈ ਜਾਣਾ ਫਿਰ ਇਹਨੇ ਇੱਥੇ ਚਲਾ ਜਾਣਾ ਰੈਜ਼ਰਵਾਇਰ ਨੇ ਠੀਕ ਹੈ ਵੀ ਵੁੱਡ ਨੋਟ ਹੈਵ ਟੂ ਵਰੀ ਅਬਾਊਟ ਹਾਈਡਰ ਇਲੈਕਟ੍ਰੀਸਿਟੀ ਸੋਰਸ ਗੈਟਿੰਗ ਯੂਜ਼ਡ ਅਪ ਦਾ ਵੇ ਫੋਸਿਲ ਫਿਊਲਜ਼ ਵੁੱਡ ਗੈਟ ਫਿਨਿਸ਼ਡ ਵਨ ਡੇ ਕਹਿੰਦਾ ਆਪਾਂ ਨੂੰ ਤਾਂ ਕਰਕੇ ਇਹ ਚੀਜ਼ ਨਹੀਂ ਸੋਚਣੀ ਪੈਂਦੀ ਵੀ ਜਿਹੜਾ ਪਾਣੀ ਆ ਉਹ ਜਾ ਜਿਵੇਂ ਫੋਸਿਲ ਫਿਊਲ ਇੱਕ ਵਾਰ ਯੂਜ਼ ਕਰ ਲਏ ਤਾਂ ਆਪਾਂ ਵਾਰ ਵਾਰ ਨਹੀਂ ਯੂਜ਼ ਕਰ ਸਕਦੇ ਪਾਣੀ ਤਾਂ ਚਾਹੇ ਉਹੀ ਮੋੜ ਕੇ ਉੱਪਰ ਆ ਜਾਏ ਠੀਕ ਹੈ ਫਿਰ ਉਹਨੂੰ ਦੁਬਾਰਾ ਯੂਜ਼ ਕਰ ਸਕਦੇ ਹਾਂ ਕਿਉਂਕਿ ਉਹਨੇ ਜਸਟ ਇੱਕ ਆਪਦੀ ਐਨਰਜੀ ਨੂੰ ਟਰਾਂਸਫਰ ਕਰਨਾ ਠੀਕ ਹੈ ਬਿਜਲੀ ਨਹੀਂ ਟਰਾਂਸਫਰ ਹੁੰਦੀ ਉਹਦੇ ਵਿੱਚ ਕਨੈਟਿਕ ਐਨਰਜੀ ਉਹਦੀ ਮੋਸ਼ਨ ਨੇ ਬਸ ਕਿਹਨੂੰ ਘੁਮਾ ਦੇਣਾ ਬੇਟਾ ਜੀ ਉਹਦੀ ਮੋਸ਼ਨ ਨੇ ਘੁਮਾ ਦੇਣਾ ਆਪਣੀ ਥਰਮਲ ਪਾਵਰ ਪਲਾਂਟ ਉਹਦਾ ਹਾਈਡਲ ਟਰਬਾਈਨਸ ਨੂੰ ਕਈ ਵਾਰ ਕੀ ਹੁੰਦਾ ਸੀ ਪੁਰਾਣੇ ਜ਼ਮਾਨੇ ਦੇ ਲੋਕ ਸੋਚਦੇ ਸੀ ਵੀ ਜਿਹੜਾ ਪਾਣੀ ਆ ਰਿਹਾ ਇਹ 'ਚੋਂ ਬਿਜਲੀ ਤਾਂ ਕੱਢ ਲਈ ਹੁਣ ਇਹਦੇ ਵਿੱਚ ਕੀ ਰਹਿ ਗਿਆ ਬੇਟਾ ਜੀ ਅਸਲ ਦੇ ਵਿੱਚ ਉਹੀ ਆ ਨਾ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ ਉਹਨਾਂ ਨੂੰ ਐਂ ਨਹੀਂ ਪਤਾ ਸੀ ਵੀ ਬਿਜਲੀ ਤਾਂ ਇਹਦੇ ਵਿੱਚ ਹੁੰਦੀ ਹੀ ਨਹੀਂ ਇਹ ਤਾਂ ਇਹਦੀ ਜਿਹੜੀ ਐਨਰਜੀ ਸੀ ਕਿਹੜੀ ਕਨੈਟਿਕ ਐਨਰਜੀ ਡਿਊ ਟੂ ਦਾ ਮੋਸ਼ਨ ਆਫ ਵਾਟਰ ਉਹਦੇ ਨਾਲ ਆਪਾਂ ਟਰਬਾਈਨ ਘੁਮਾਤੀ ਅਤੇ ਉਹਦੇ ਨਾਲ ਆਪਾਂ ਬਿਜਲੀ ਪੈਦਾ ਕਰ ਲਈ ਜਦਕਿ ਬਿਜਲੀ ਪਾਣੀ 'ਚ ਥੋੜ੍ਹਾ ਹੁੰਦੀ ਹੈ ਬਿਜਲੀ ਠੀਕ ਹੈ ਜੀ ਤਾਂ ਬਟ ਕੰਸਟਰਕਸ਼ਨ ਆਫ ਬਿਗ ਡੈਮਸ ਹੈਵ ਸਰਟਨ ਪ੍ਰੋਬਲਮਸ ਐਸੋਸੀਏਟਡ ਵਿਦ ਇਟ ਦ ਡੈਮਸ ਕੈਨ ਬੀ ਇਹ ਕੁਸ਼ਚਨ ਆਉਂਦਾ ਬੇਟਾ ਬਹੁਤ ਇੰਪੋਰਟੈਂਟ ਕੁਸ਼ਚਨ ਆ ਵਟ ਆਰ ਦਾ ਡਿਸਅਡਵਾਂਟੇਜ ਆਫ ਕੰਸਟਰਕਟਿੰਗ ਡੈਮਸ ਠੀਕ ਹੈ ਜਾਂ ਵਟ ਆਰ ਦਾ ਪ੍ਰੋਬਲਮਸ ਇਹ ਕਿਵੇਂ ਵੀ ਆ ਸਕਦਾ ਇਹ ਕੁਸ਼ਚਨ ਬਹੁਤ ਇੰਪੋਰਟੈਂਟ ਹੈ ਟਿੱਕ ਕਰਨਾ ਸ਼ੁਰੂ ਕਰ ਦਿਉ ਦ ਡੈਮਸ ਕੈਨ ਬੀ ਕੰਸਟਰਕਟਡ ਓਨਲੀ ਇਨ ਅ ਲਿਮਿਟਡ ਨੰਬਰ ਆਫ ਪਲੇਸਿਸ ਦੇ ਪ੍ਰੈਫਰੇਬਲੀ ਇਨ ਹਿੱਲੀ ਟੈਰਾਈਨਸ ਠੀਕ ਆ ਜ਼ਿਆਦਾਤਰ ਹਿੱਲੀ ਏਰੀਆ 'ਚ ਹੀ ਆਪਾਂ ਇਹਨਾਂ ਨੂੰ ਬਣਾ ਸਕਦੇ ਹਾਂ ਲਾਰਜ ਏਰੀਆ ਆਫ ਐਗਰੀਕਲਚਰ ਲੈਂਡ ਐਂਡ ਹਿਊਮਨ ਹੈਬਿਲੀਟੇਸ਼ਨ ਆਰ ਟੂ ਬੀ ਸੈਕਰੀਫਾਈਜ਼ਡ ਐਜ਼ ਦੇ ਗੈਟ ਸਬਮਰਜਡ ਕਹਿੰਦਾ ਜ਼ਿਆਦਾਤਰ ਆਪਾਂ ਨੂੰ ਕੀ ਕਰਨਾ ਪੈਂਦਾ ਐਗਰੀਕਲਚਰ ਲੈਂਡ ਆ ਜਿਹੜਾ ਉਹ ਵੀ ਖਤਮ ਕਰਨਾ ਪੈਂਦਾ ਅਤੇ ਲੋਕ ਵੀ ਕੀ ਕਰਨੇ ਪੈਂਦੇ ਨੇ ਉੱਥੋਂ ਡਿਸਪਲੇਸ ਕਰਨੇ ਪੈਂਦੇ ਨੇ ਕਿਉਂਕਿ ਜ਼ਿਆਦਾਤਰ ਜਿਹੜਾ ਏਰੀਆ ਹੁੰਦਾ ਉਹ 'ਚ ਪਾਣੀ ਐਜ਼ ਅ ਰੈਜ਼ਰਵਾਇਰ ਆਪਾਂ ਯੂਜ਼ ਕਰਦੇ ਹਾਂ ਐਡਾ ਵੱਡਾ ਰੈਜ਼ਰਵਾਇਰ ਹੁੰਦਾ ਯਾਨੀ ਕਿ ਆਪਣੇ ਕੋਲ ਲੱਖਾਂ ਏਕੜ ਜ਼ਮੀਨ ਉਹ ਰੈਜ਼ਰਵਾਇਰ ਦੇ ਵਿੱਚ ਆ ਜਾਂਦੀ ਆ ਲਾਰਜ ਈਕੋਸਿਸਟਮ ਆਰ ਡਿਸਟਰੋਇਡ ਵੈਨ ਸਬਮਰਜਡ ਅੰਡਰ ਵਾਟਰ ਇਨ ਡੈਮਸ ਕਹਿੰਦਾ ਜਿਹੜੇ ਈਕੋਸਿਸਟਮ ਹੁੰਦੇ ਨੇ ਉੱਥੇ ਜਿਹੜੇ ਪੌਦੇ ਜਿਹੜੇ ਪੰਛੀ ਸਾਰੇ ਰਹਿ ਰਹੇ ਨੇ ਪੌਦੇ ਤਾਂ ਬਿਲਕੁਲ ਖਤਮ ਹੀ ਹੋ ਜਾਂਦੇ ਨੇ ਇੰਨੇ ਏਰੀਏ ਦੇ ਠੀਕ ਹੈ ਦ ਵੈਜੀਟੇਸ਼ਨ ਵਿੱਚ ਇਜ਼ ਸਬਮਰਜਡ ਮਤਲਬ ਰੋਟ ਅੰਡਰ ਐਨਰੋਬਿਕ ਕੰਡੀਸ਼ਨ ਟੂ ਗਿਵ ਰਾਈਜ਼ ਟੂ ਅ ਲਾਰਜ ਅਮਾਊਂਟ ਆਫ ਮਿਥੇਨ ਵਿੱਚ ਇਜ਼ ਆਲਸੋ ਗ੍ਰੀਨ ਹਾਊਸ ਗੈਸ ਕਹਿੰਦਾ ਹੁਣ ਜਿਹੜਾ ਪਾਣੀ ਦੇ ਨੀਚੇ ਆਪਣੇ ਪੌਦੇ ਰਹਿ ਗਏ ਠੀਕ ਹੈ ਜਿਹੜੇ ਊਂ ਤਾਂ ਐਰੋਬਿਕ ਸੀਗੇ ਤਾਂ ਉੱਥੇ ਅੰਦਰ ਉਹ ਗਲਣ ਲੱਗ ਜਾਣਗੇ ਸੜਨ ਲੱਗ ਜਾਣਗੇ ਸੜਨ ਲੱਗ ਜਾਣਗੇ ਤਾਂ ਕੀ ਹੋਊ ਬੇਟਾ ਜਦੋਂ ਸੜਨਗੇ ਉੱਥੇ ਮਿਥੇਨ ਗੈਸ ਵੀ ਪੈਦਾ ਹੋਊਗੀ ਜਿਹੜੀ ਕਿ ਗ੍ਰੀਨ ਹਾਊਸ ਇਫੈਕਟ ਪੈਦਾ ਕਰੂ ਇਟ ਕ੍ਰੀਏਟਸ ਦ ਪ੍ਰੋਬਲਮ ਆਫ ਸੈਟਿਸਫੈਕਟਰੀ ਰੀਹੈਬਲੀਟੇਸ਼ਨ ਆਫ ਡਿਸਪਲੇਸਡ ਪੀਪਲ ਕਹਿੰਦਾ ਇਹ ਵੀ ਪੰਗਾ ਸਰਕਾਰ ਵਾਸਤੇ ਖੜਾ ਹੋ ਜਾਂਦਾ ਕਿ ਜਿਹੜੇ ਲੋਕ ਆਪਾਂ ਉੱਥੇ ਕਰੋੜਾਂ ਲੱਖਾਂ ਏਕੜ ਦੇ ਵਿੱਚੋਂ ਹਟਾਏ ਨੇ ਵੀ ਇੱਥੇ ਡੈਮ ਬਣਨਾ ਗਾ ਉਹਨਾਂ ਨੂੰ ਕਿਵੇਂ ਦੁਬਾਰਾ ਮੁੜ ਵਸੇਬਾ ਕੀਤਾ ਜਾਵੇ ਉਹਨਾਂ ਦੀ ਰੀਹੈਬਲੀਟੇਸ਼ਨ ਕਿਵੇਂ ਕੀਤੀ ਜਾਵੇ ਉਹਨਾਂ ਨੂੰ ਦੁਬਾਰੇ ਕਿਵੇਂ ਵਸਾਇਆ ਜਾਵੇ ਅਤੇ ਕਿੱਥੇ ਵਸਾਇਆ ਜਾਵੇ ਓਪੋਜੀਸ਼ਨ ਆਫ ਦਾ ਕੰਸਟਰਕਸ਼ਨ ਆਫ ਤਿਹਰੀ ਡੈਮ ਔਨ ਰਿਵਰ ਗੰਗਾ ਐਂਡ ਸਰਦਾਰ ਸਰੋਵਰ ਪ੍ਰੋਜੈਕਟ ਔਨ ਰਿਵਰ ਨਰਮਦਾ ਆਰ ਡਿਊ ਟੂ ਸੱਚ ਪ੍ਰੋਬਲਮਸ ਕਹਿੰਦਾ ਇੰਨਾ ਪ੍ਰੋਬਲਮਸ ਕਰਕੇ ਹੀ ਤੀਰੀ ਡੈਮ ਅਤੇ ਸਰਦਾਰ ਸਰੋਵਰ ਡੈਮ ਨੂੰ ਕੀ ਕੀਤਾ ਗਿਆ ਸੀ ਅਪੋਜ਼ ਕੀਤਾ ਗਿਆ ਸੀਗਾ ਠੀਕ ਹੈ ਬੇਟਾ ਇਹ ਚੀਜ਼ ਯਾਦ ਰੱਖਣੀ ਆ ਤੀਰੀ ਡੈਮ ਕਿਸ ਦੇ ਉੱਤੇ ਆ ਅਤੇ ਸਰਦਾਰ ਸਰੋਵਰ ਡੈਮ ਕਿਸ ਦੇ ਉੱਪਰ ਆ ਇਹ ਵਨ ਮਾਰਕ 'ਚ ਆ ਜਾਂਦਾ ਤਾਂ ਬੇਟਾ ਅੱਜ ਦਾ ਆਪਣਾ ਲੈਕਚਰ ਇੱਥੇ ਹੀ ਸਮਾਪਤ ਹੁੰਦਾ ਤਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਅਗਲੀਆਂ ਚੀਜ਼ਾਂ ਡਿਸਕਸ ਕਰਾਂਗੇ ਥੈਂਕ ਯੂ ਵੈਰੀ ਮੱਚ